ਤਾਂ ਵੀ ਅੱਜ ਗੁਰਮੀਤ ਸਿੰਘ ਗਿੱਲ ਆਇਆ ਹੋਇਆ ਲੱਠਾਂ ਵਾਲੀ ਤੋਂ। ਸਾਡਾ ਪੂਰਨਿਮਾ ਹੈ ਸ਼ਨੀਵਾਰ ਦੀ, ਤਾਂ ਕਰਕੇ ਅਸੀਂ ਜਾਂਦੇ ਹਾਂ ਮੰਦਰ 'ਤੇ ਅੱਜ। ਜਸ਼ਨ ਅੱਪੂ ਲਗਨ ਬਾਈ ਪਰੀ ਨੂੰ ਛੱਡ ਕੇ ਕਰੇ ਆਏ। ਪਹਿਲਾਂ ਤੋਂ ਹੀ ਹਨੂੰਮਾਨ ਜੀ ਦੀ ਪੱਕਦੀ ਹੈ ਮੰਨੀ, ਅਸੀਂ ਮੰਨੀ ਕਹਿੰਦੇ ਹਾਂ ਉਹਨੂੰ, ਮਿੱਠੀ ਰੋਟੀ ਜਾਣੀ ਕਿ। ਅਤੇ ਅੱਜ ਹੈਗੀ ਸ਼ਨੀਵਾਰ ਦੀ ਪੂਰਨਿਮਾ। ਸਤਿ ਸ਼੍ਰੀ ਅਕਾਲ ਜੀ, ਨਮਸਤੇ ਜੀ। ਵੀਡੀਓ ਸ਼ੁਰੂ ਹੋ ਗਿਆ ਅਤੇ ਵੀਡੀਓ 'ਤੇ ਕਲਿੱਕ ਕਰਨ ਵਾਸਤੇ ਧੰਨਵਾਦ, ਅਤੇ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ। ਅਤੇ ਮੈਂ ਹੁਣ ਇੱਥੇ ਪੋਚਾ ਫੇਰੀ ਜਾਂਦੀ, ਮੈਂ ਕਿਹਾ ਇੱਕ ਬਾਲਟੀ ਮੰਨਤ ਨੂੰ ਆਖਿਆ ਤੂੰ ਭਰ ਕੇ ਲਿਆ, ਅਤੇ ਮੈਂ ਅੱਜ ਵੀਡੀਓ ਨਹੀਂ ਚਾਲੂ ਕਰਿਆ, ਵੀਡੀਓ ਚਾਲੂ ਕਰ ਲਿਆ। ਕੱਲ੍ਹ ਬਣਾਈ ਗੂੰਦ ਪਾਕ ਦੀ ਰੈਸਪੀ, ਅਤੇ ਰਿੰਕੂ ਨੇ ਵੀਡੀਓ ਬਣਾਉਣ ਨਹੀਂ ਦਿੱਤਾ, ਕਹਿੰਦਾ ਬਸ ਇੰਨਾ ਹੀ ਬਹੁਤ ਹੈ, ਫਿਰ ਬੜਾ ਲੰਮਾ ਹੋ ਜੂਗਾ, ਇਸ ਕਰਕੇ ਕੱਲ੍ਹ ਵੀਡੀਓ ਬਣਾਇਆ ਨਹੀਂ, ਤਾਂ ਕਰਕੇ ਹੁਣ ਅੱਜ ਵੀਡੀਓ ਬਣਾਉਂਦੇ ਹਾਂ। ਇੱਥੇ ਇਹ ਜਗ੍ਹਾ 'ਤੇ ਪਤਾ ਨਹੀਂ ਕਿਵੇਂ ਮੂੰਹ ਲਾਲ ਆਉਂਦਾ ਜਮਾਂ, ਹੁਣ ਉੱਥੇ ਬਾਹਰ ਹਵਾ ਚੱਲਦੀ ਹੈ ਇਸ ਕਰਕੇ ਬਾਹਰ ਨਹੀਂ ਖੜ੍ਹੇ, ਅਤੇ ਇੱਥੇ ਐਂ ਇੱਕ ਵਾਰੀ ਪੋਚਾ ਫੇਰਦੇ ਹਾਂ। ਪਿੱਛੇ 'ਚ ਚਿਪਸ ਨੂੰ ਕਹਿੰਦੀ ਪਿੱਛੇ 'ਚ, ਪਿੱਛੇ 'ਚ ਖਾਂਦੀ ਹੈ, ਖਾਂਸੀ ਆਉਣ ਲੱਗ ਗਈ। ਆਪ ਜੋ ਮੇਰੇ ਮੀਤ ਨਾ ਹੋਤੇ, ਹੋਟੋ ਪੇ ਮੇਰੇ ਗੀਤ ਨਾ ਹੋਤੇ, ਅਲਗਨ ਅਚਣੇ ਚੱਬ ਚਣੇ ਚੱਬ ਆ ਕੇ ਲਗਨਤੀ ਔਰ ਲਗਨੀ ਚੱਲ ਛੋਲੇ ਖਾ, ਪਤਾ ਮਹਿੰਗੇ ਲਾਉਂਦੇ ਦੁਕਾਨ ਵਾਲੇ। ਆਹ ਕਾਰਨ ਤਾਂ ਮੈਂ ਇੱਥੇ ਇੱਕ ਕੌੜਾ ਨਹੀਂ ਲਾਇਆ, ਮੈਂ ਖਾਪੇ ਐਂ ਝੁੱਕ ਜਾਣਗੇ ਬੂਟੇ। ਮੈਂ ਵੀ ਮਾਤਾ ਦੇ ਜਗਰਾਤੇ 'ਚ ਗੇਂਦੇ ਦੇ ਫੁੱਲਾਂ ਦਾ ਹਾਰ ਪਾਇਆ ਸੀ ਮਾਤਾ ਦੇ, ਅਤੇ ਉਹ ਇੱਥੇ ਸਿੱਟ ਤੀ ਵੱਚ ਮਾਲਾ, ਅਤੇ ਇੱਥੇ ਉੱਗਰ ਗਏ ਗੇਂਦੇ ਦੇ ਬੂਟੇ, ਪੱਟੀ ਨਾ ਚੰਗਾ ਇਹਨਾਂ ਨੂੰ। ਆਹ ਦੇਖੋ ਮੂੰਗਰੇ ਐਤਕੀ ਗੇੜੇ ਤਾਂ ਲੱਗੇ ਹੀ ਨਹੀਂ ਢੰਗ ਦੇ, ਪਤਲੀਆਂ ਪਤਲੀਆਂ ਨਹੀਂ ਹੈ। ਕਿਹਨੇ ਪਾੜਤੀ ਵੇਵਲੀ? ਮੈਂ ਨਹੀਂ ਲੈਂਦੀ ਟੋਪੀ ਪਾੜਤੀ, ਹੈਂ ਕਿਹਨੇ? ਉਹਨੇ ਕਿਹਨੇ? ਪਰੀ ਨੇ। ਅਤੇ ਤੂੰ ਚਲਾ ਕੇ ਕਾ ਤੂੰ ਮਾਰੀ ਆਈ ਸੀ ਫਿਰ, ਹੈਂ ਚਲਾ ਕੇ ਕਾ ਤੂੰ ਮਾਰ ਕੇ ਆ ਗਈ ਸੀ? ਮੂੰਗਰੇ ਚੀਰਦੀਆਂ ਦੇਖੋ ਮੈਂ ਖੇਡਦੀ ਹਾਂ। ਹਾਂ ਵੇ ਮੈਂ ਮੂੰਗਰੇ ਤੜਕ ਕੇ ਲਿਆਈ, ਰੋਟੀ ਖਾ ਲੈ ਛੋਟੇ ਦੇਵਰਾ। ਪਰੇ ਨੂੰ ਹੋ ਕੇ ਬੈਠ, ਜੇ ਪਾਪੀ ਹੁੰਦੀ ਮੇਰੀ ਕਾਂਟਿਆਂ ਵਾਲੀ ਨਾਰਣੀ, ਕਾਂਟੇ ਦਿੰਦਾ ਲਾ ਕਰੋ ਕੱਢ ਦਿੰਦਾ ਮਾਰਨੀ, ਪਰ ਲੱਗਦੀ ਵੱਡੀ ਪਰਜਾਈ, ਅੱਧੀ ਰਾਤੋਂ ਹਲ ਜੋੜਿਆ ਰੋਟੀ ਸਿੱਕ ਰੁੱਧ ਪੈਰੇ ਆਈ।
ਕੀ ਖਾਈ ਜਾਂਦੀ ਹੈ? ਮੁੰਗੇਰਾ? ਇਹ ਮੁੰਗੇਰਾ ਕਹਿੰਦੀ ਹੈ, ਮੂੰਗਰਾ ਮੰਗੇਰਾ। ਵੀ ਅੱਪੂੜੀ ਆ ਗਈ, ਇਹ ਅੱਪੂੜੀ ਲੇਟ ਜਾ, ਦੋ ਮਿੰਟ ਲੇਟ ਜਾ, ਲੇਟ ਜਾ ਅੱਪੂ ਜੀ। ਆ ਬਾਈੜੀ ਆ ਗਈ, ਬਾਈੜੀ ਵੀ ਮੇਰਾ ਬਾਈ ਆ ਗਿਆ ਸਕੂਲ ਤੋਂ। ਕਿਵੇਂ ਰਹੇ ਪੇਪਰ? ਪੇਪਰ ਹੋ ਗਏ, ਪੇਪਰ ਹੁਣ ਦੁਬਾਰੇ ਚਾਲੂ ਹੋਣਗੇ। ਦੇ ਨੂੰ ਕੈਂਚੀ ਕਹਿੰਦੇ ਕਿ ਪੇਟੀਆਂ ਕੱਟਣ ਵਾਲੀ ਕੈਂਚੀ, ਮੈਂ ਵੀ ਐਡੀ ਮੰਗਾਉਣੀ ਆ ਕੱਪੜੇ ਕੱਟਣ। ਹਾਂ ਮੈਂ ਵੇਖੀ ਸੀਗੀ ਵੀਡੀਓ 'ਚ, ਵੀਡੀਓ 'ਚ ਵੇਖੀ ਸੀ ਰਿੰਕ ਮੈਂ, ਉਹ ਕੱਟਰ ਜਿਹਾ ਹੈ ਨਾ ਤੁਰਿਆ ਫਿਰਦਾ ਤੇ ਵਧੀਆ ਕੱਟਦਾ ਤਾਂ। ਵੀ ਅੱਜ ਗੁਰਮੀਤ ਸਿੰਘ ਗਿੱਲ ਆਇਆ ਵਿਆ ਲੱਠਾਂ ਵਾਲੀ ਤੋਂ, ਸਾਡਾ ਮੁੰਡਾ ਜੇਠ ਦਾ ਮੁੰਡਾ। ਉਹ ਵਿਜੇ ਤਾਂ ਦਵਾ ਦੋ ਚਲਾਈ ਜਾਂਦਾ ਹੁੰਦਾ, ਉਹ ਚਾਦਰ ਤੇ ਚਲਾਉਂਦਾ ਹੈ, ਲੰਮੀ ਪਾ ਕੇ ਚਲਾ ਕੀ ਤਾਂ ਉਵੇਂ ਚੱਲ ਜੇ। ਆ ਦੇ ਫਿਰ ਕੈਂਚੀ ਪੈਣ ਜੋਗ ਰੱਖ ਰਹਿੰਦਾ ਨਾ, ਚੱਲ ਗਈ ਗੱਡੀ ਹੌਲੀ ਹੌਲੀ, ਚੀਜ਼ ਦਾ ਹੁੰਦਾ ਸਾਬ। ਇਹ ਤਾਂ ਕੋਈ ਨੀ, ਇਹ ਤਾਂ ਮੁੜ ਜਾਣਗੀਆਂ ਚੌਂਚਾਂ ਜੀਆਂ। ਹਾਂ ਕੱਟਦੇ ਕੱਟਦੇ ਅੱਗੇ ਜਾ ਕੇ ਚੱਲ ਪੂਗੀ ਪੱਤੀ ਤੋਂ ਅੱਗੇ, ਇਹ ਥੋੜੀ ਵਿੰਗੀ ਹੋਊਗੀ। ਆਉਣੀ ਆਉਣੀ ਵਧੀਆ ਖੱਟੀ ਦੇ, ਜਦ ਛੱਡ ਭਰੇ ਕਾਤੋਂ ਫਿਰ ਮੂੰਹ ਜੇ ਅੜੀ ਜਾਣਗੇ, ਉਵੇਂ ਕਦੇ ਹੱਥ 'ਤੇ ਵੱਜਿਆ ਕਰਨਗੇ ਅਤੇ ਕਦੇ ਲੀੜਿਆਂ 'ਚ ਅੜਿਆ ਕਰਨ। ਹੁਣ ਆਏ ਨੂੰ ਫੁਰ ਕੇ, ਆਏ ਨੂੰ ਮੂੰਹ ਕਰਕੇ, ਉਹ ਤਾਂ ਜੇ ਖੜੇ ਜੇ ਆ ਜਿਹੜੇ ਮੂੰਹ ਜੇ ਲਾਹ ਦੇ, ਉਹ ਜਿਹੜਾ ਤਾਂ ਜੇ ਖੜਾ ਜੇ ਖੜਾ ਲਾਹ ਦੇ। ਚੱਲ ਵੀ ਕੰਮ ਹੋ ਗਿਆ ਤਾਂ ਅਗਲੇ ਚੀਜ਼ ਅਗਲੇ ਦੇ ਘਰੇ ਪਹੁੰਚਾ ਦਿਓ, ਉਹਨੂੰ ਫਿਰ ਲੈਣ ਆਉਣਾ ਪੈਂਦਾ। ਆ ਅੱਪੂ ਨੂੰ ਫੜਾ ਦੇ, ਨਹੀਂ ਫੜਾ ਕਿੰਦਰ ਗਈ? ਮਿਲ ਗਈ ਮਿਲ ਗਈ, ਉਹ ਗਈ ਲੋ ਵੀ ਪਰੀ ਨੂੰ ਆ ਗਈ ਨਿੰਨੀ। ਪਰੀ ਦੇ ਕੋਲੇ ਬੋਲਦੀ ਨਹੀਂ, ਮੈਂ ਜਾਗ ਜੂਗੀ, ਅੱਗੇ ਮੇਰੀ ਆਉਣ ਦੀ ਆਹਟ ਹੋਈ ਤੇ ਜਾਗ ਗਈ, ਤਾਂ ਹੁਣ ਮੈਂ ਚੱਲੀ ਹਾਂ ਬਾੜੀ 'ਚ
ਤੇ ਬਾੜੀ ਚ ਆ ਗਿਆ ਪਾਣੀ। ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਲੈ ਜਿਸ ਮੇਂ ਮਿਲਾ ਦੋ ਲਗੇ ਉਸ ਜੈਸਾ। ਉਸ 'ਚ ਵੀ ਪਿੰਡੀਆਂ, ਇਹ ਚੋਗਲੇ 'ਚ ਵੀ ਪਿੰਡੀਆਂ, ਸਾਰੀ ਲਾਈਨ ਪਿੰਡੀਆਂ ਦੀ ਕਰਤੀ। ਇਹ ਜਗ੍ਹਾ ਬੀਜਣਾ ਗਵਾਰ, ਇਹ ਕਿਆਰੀ ਉੱਚੀ ਹੈ, ਥੋੜ੍ਹੀ ਨੀਵੀਂ ਕਰਨੀ ਪਈ, ਉੱਚੀ ਹੈ ਤਾਂ ਕਰਕੇ। ਅੱਪੂ ਆਹ ਆਪਣੀ ਚੱਪਲਾਂ ਨਹੀਂ ਮੇਰੀਆਂ, ਜੁੱਤੀ ਖਰਾਬ ਹੋ ਜਾਣੀ ਹੈ। ਲਓ ਵੀ ਅੱਜ ਪੂਰਨਿਮਾ ਹੈ ਸ਼ਨੀਵਾਰ ਦੀ, ਤਾਂ ਕਰਕੇ ਅਸੀਂ ਜਾਂਦੇ ਹਾਂ ਮੰਦਰ 'ਤੇ ਅੱਜ। ਜਸ਼ਨ ਅੱਪੂ ਲਗਨ ਬਾਈ ਪਰੀ ਨੂੰ ਛੱਡ ਕੇ ਘਰੇ ਆਏ। ਬਾਈ ਬਾਈ ਨੇੜੇ ਆ ਗਾ, ਹਾਂ ਅਸੀਂ ਸਾਰੇ ਜਾਂਦੇ ਹਾਂ। ਅੱਪੂ ਨੂੰ ਉਡੀਕਦੇ ਸੀ, ਅੱਪੂ ਆ ਗਿਆ। ਆਪ ਤਾਂ ਮੂਹਰੇ ਆਈ ਜਾਂਦੇ, ਸਾਨੂੰ ਤਾਂ ਕੈਮਰੇ ਸਾਹਮਣੇ ਆਉਣ ਨਹੀਂ ਦਿੰਦੇ। ਹਾਂ ਆਏ ਨੂੰ ਕੱਢ ਮੁੜ ਕੇ ਆਏ, ਭਾਣ ਲੈ ਆਏ 20 ਰੁਪਏ, 20 ਡੇਰੇ ਵਾਲੇ 10 ਡੇਰੇ ਵਾਲੇ ਬਾਬੇ ਹੁੰਦੇ ਆ, 10 ਮੰਦਰ 'ਤੇ ਚੜ੍ਹਾਏ ਜਾਂਦੇ, 10 ਜਵਾਕਾਂ ਨੂੰ ਖਵਾਤੇ। ਲੋ ਵੀ ਸਾਡੇ ਪਹਿਲਾਂ ਤੋਂ ਹੀ ਹਨੂਮਾਨ ਜੀ ਦੀ ਪੱਕਦੀ ਹੈ ਮੰਨੀ, ਅਸੀਂ ਮੰਨੀ ਕਹਿੰਦੇ ਹਾਂ ਮਿੱਠੀ ਰੋਟੀ ਜਾਣੀ ਕਿ। ਅਤੇ ਅੱਜ ਹੈਗੀ ਸ਼ਨੀਵਾਰ ਦੀ ਪੂਰਨਿਮਾ, ਤਾਂ ਕਰਕੇ ਅਸੀਂ ਹਨੂਮਾਨ ਜੀ ਦੀ ਪਕਾਉਂਦੇ ਹਾਂ ਮਿੱਠੀ ਰੋਟੀ, ਜਿਹੜੀ ਕਿ 7 ਰੋਟੀਆਂ ਛੋਟੀਆਂ ਛੋਟੀਆਂ ਕੁੱਤੇ ਨੂੰ, ਅਤੇ ਉਸ ਤੋਂ ਬਾਅਦ ਵਾਲੀਆਂ ਅਸੀਂ ਖਾ ਲਾਂਗੇ ਪ੍ਰਸ਼ਾਦ ਦੇ ਰੂਪ 'ਚ ਹਨੂਮਾਨ ਜੀ ਦੇ ਨਾਮ ਦੀਆਂ। ਹੁਣ ਬਾਈ ਜੀ ਦੱਸੋ ਕੀ ਬਣਾ ਰਹੇ ਹੋ ਅੱਜ? ਅੱਜ ਸ਼ਨੀਵਾਰ ਦੀ ਪੂਰਨਿਮਾ ਹੈ, ਤਾਂ ਕਰਕੇ ਅੱਜ ਹਨੂਮਾਨ ਜੀ ਦੀ ਮਿੱਠੀ ਰੋਟੀ ਪੱਕਦੀ ਹੈ। ਅੱਛਾ, ਹਨੂਮਾਨ ਜੀ ਦੇ ਨਾਮ ਦੀ ਇੱਕ ਰੋਟੀ ਵੱਡੀ, 6 ਰੋਟੀਆਂ ਛੋਟੀਆਂ ਕੁੱਤਿਆਂ ਵਾਸਤੇ ਹਨੂਮਾਨ ਜੀ ਦੇ ਨਾਮ ਦੀਆਂ, ਪਲਿੰਡੇ 'ਚ ਮੱਥਾ ਟੇਕ ਕੇ। ਹੁਣ ਪਲਿੰਡਾ ਦੱਸਿਓ ਤੁਸੀਂ ਸਾਨੂੰ ਵੀਡੀਓ 'ਚ, ਕਮੈਂਟ 'ਚ, ਵੀਡੀਓ 'ਚ ਨਹੀਂ ਕਮੈਂਟ 'ਚ ਦੱਸਿਓ ਵੀ ਪਲਿੰਡਾ ਹੁੰਦਾ ਕੀ ਹੈ। ਅਤੇ ਪਲਿੰਡੇ 'ਚ ਮੱਥਾ ਟੇਕ ਕੇ, ਅਤੇ ਉਹ ਰੋਟੀਆਂ ਤਾਂ ਕੁੱਤੇ ਨੂੰ ਪਾਏ ਆਉਣੀਆਂ, ਅਤੇ ਜਿਹੜਾ ਬਚੂਗਾ ਨਾ ਆਟਾ ਉਹਦੀਆਂ 1-2 ਬਣਾ ਲੈਣੀਆਂ, ਉਹ ਆਪਾਂ ਖਾਵਾਂਗੇ ਪ੍ਰਸ਼ਾਦ ਦੇ ਰੂਪ 'ਚ। ਅੱਛਾ, ਇਹ ਪਹਿਲਾਂ ਵੀ ਬਣਾਉਂਦੀ ਹੁੰਦੀ ਸੀ ਮੈਂ, ਅਤੇ ਅੱਜ ਫਿਰ ਪੂਰਨਿਮਾ ਦੀ ਮੇਰੀ ਯਾਦ ਆ ਗਈ, ਮੈਂ ਕਿਹਾ ਚੱਲ ਅੱਜ ਹੋਰ ਬਣਾਵਾਂ, ਤਾਂ ਫਿਰ ਮੈਂ ਤਿਆਰੀ ਕਰ ਲਈ ਬਣਾਉਣ ਦੀ। ਦਿਨ ਛਿਪਿਆ ਖੜਾ ਮੰਦਰ 'ਤੇ ਗਏ ਸ਼ਨੀ ਮਹਾਰਾਜ ਦੇ, ਅਤੇ ਹੁਣ ਆ ਕੇ ਆ ਥੋੜ੍ਹਾ ਜਿਹਾ ਆਟਾ ਬਚ ਗਿਆ, ਦੇਸੀ ਘਿਓ ਲਾ ਲਾ ਕੇ ਪਕਾਉਂ। ਕਦੇ ਕਦੇ ਆਪਾਂ ਨੂੰ ਜ਼ਿੰਦਗੀ 'ਚ ਕੁੱਤਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਲਓ ਜੀ ਹਨੂਮਾਨ ਜੀ ਦਾ ਪ੍ਰਸ਼ਾਦ ਬਣ ਰਿਹਾ। ਲੋਰੈਂਟ
ਇਸੇ ਦਾ ਹੀ ਲਾਵਾਂਗੇ ਫਿਰ ਬਾਅਦ ਚ ਲੱਡੂ ਨੂੰ ਭੋਗ। ਇਹ ਤਾਂ ਸੱਤ ਹਨੂੰਮਾਨ ਜੀ ਦੀਆਂ ਪਕਾ ਦੇਣਗੇ, ਉਸ ਤੋਂ ਬਾਅਦ ਲੱਡੂ ਗੋਪਾਲ ਜੀ ਨੂੰ ਵੀ ਖਵਾ ਦੇਣਗੇ ਅਤੇ ਬਾਕੀ ਦੀਆਂ ਆਪਾਂ ਪਕਾ ਕੇ ਖਾ ਜਾਂਗੇ ਜਿੰਨਾ ਆਟਾ ਬਚੂਗਾ ਪ੍ਰਸ਼ਾਦ। ਕੁੱਤੇ ਹੈਗੇ ਭਲਾ ਬਾਹਰ? ਕੁੱਤੇ ਕਿ ਲਿਆਉਣੇ ਪੈਣਗੇ, ਆ ਜਾਣਗੇ ਵਿਚਾਰੇ। ਮਿਹਨਤ ਮੁਹਨਤ ਕਰ ਲਿਓ ਕਿਤੇ ਭਾਈ, ਅੱਜ ਦੇਸੀ ਘਿਓ ਦੀਆਂ ਰੋਟੀਆਂ ਪੱਕੀਆਂ ਤੁਹਾਡੇ ਵਾਸਤੇ। ਆ ਜਾਓ ਦੁਆਲਾ। ਇਹ ਤਾਂ ਗਲਤ ਹੈ ਰਿੰਕੂ ਵੀ ਠਾਕੁਰ ਜੀ ਨੂੰ ਭੋਗ ਨਹੀਂ ਲੱਗਦਾ, ਕੁੱਤੇ ਦਾ ਹੀ ਦਿੱਤਾ ਹੋਇਆ ਸਾਰਾ ਕੁਛ ਹੈ। ਕੋਈ ਹੋਣਾ ਕੁਛ ਉਹਦਾ ਵਿਚਾਰ, ਕੋਈ ਥੋੜਾ ਬਹੁਤਾ ਹੋਣਾ ਵੀ ਰਸੋਈ ਚ ਪ੍ਰਵੇਸ਼ ਨਾ ਕਰੇ ਕੁੱਤਾ ਜਾਂ ਕਿਵੇਂ। ਕੁੱਤੇ ਬਿਨਾਂ ਤਾਂ ਜ਼ਿੰਦਗੀ ਨਹੀਂ। ਲਓ ਜੀ ਹੁਣ ਸੱਤ ਬਣ ਗਈਆਂ, ਉਦੋਂ ਵਿਖਾਵਾਂਗੇ ਨਹੀਂ ਤਾਂ ਵੀਡੀਓ ਬਹੁਤ ਲੰਮਾ ਹੋ ਜੂਗਾ। ਸਬਜ਼ੀ ਪਾ ਲਈ ਬਾਅਦ ਚ। ਲਓ ਜੀ ਮੰਨੀ ਪੱਕ ਕੇ ਕੰਪਲੀਟ ਹੋ ਗਈ ਅਤੇ ਹੁਣ ਅਸੀਂ ਪੂਜਾ ਪਾਠ ਕਰਾਂਗੇ। ਉਹ ਤੁਹਾਨੂੰ ਵਿਖਾਵਾਂਗੇ ਕਿ ਨਹੀਂ ਵਿਖਾਉਂਦੇ? ਉਹ ਨਹੀਂ ਵਿਖਾਉਂਦੇ, ਉਹ ਸਾਡਾ ਅਸੀਂ ਗੁਪਤ ਰੱਖਾਂਗੇ ਆਪਦਾ, ਕਿਉਂ ਤੁਸੀਂ ਸਾਡਾ ਆਈਡੀਆ ਚੋਰੀ ਕਰ ਲਉਂਗੇ। ਸਾਡਾ ਬਾਬਾ ਚੋਰੀ ਕਰ ਲਉਂਗੇ। ਹਾਂ ਬਾਬਾ ਤਾਂ ਨਹੀਂ ਚੋਰੀ ਕਰਾਉਣਾ। ਆਹ ਸਾਡਾ ਪ੍ਰਸ਼ਾਦ ਬਣ ਗਿਆ, ਪੰਜ ਰੋਟੀਆਂ ਇਹ ਅਸੀਂ ਖਾਵਾਂਗੇ, ਆਹ ਸੱਤ ਰੋਟੀਆਂ ਖਾਣਗੇ ਹਨੂੰਮਾਨ ਜੀ। ਹੁਣ ਮੈਂ ਹੱਥ ਧੋਏ ਆਵਾਂ। ਚਲੋ ਵੀ ਗੋਡੇ ਦੁਖਣ ਲੱਗ ਗਏ ਮੰਮੀ ਦੇ। ਮੈਂ ਵੀ ਹੋ ਗਈ ਇੱਕ ਵਾਰਾਂ ਤੋਂ ਸ਼ਾਮ ਅਤੇ ਵੀਡੀਓ ਦਾ ਕਰਦੇ ਹਾਂ ਐਂਡ, ਅਤੇ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ, ਅਤੇ ਪੁਰਾਣੇ ਨਵੇਂ ਸਾਰੇ ਕਰਿਓ ਕਮੈਂਟ। ਅਤੇ ਕੱਲ੍ਹ ਨੂੰ ਮਿਲਾਂਗੇ ਇੱਕ ਨਈ ਸੁਬਹ ਕੇ ਸਾਥ ਨਏ ਵੀਡੀਓ ਮੇ। ਬਾਏ 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 ਬਾਏ। ਦੇਖੋ ਅੱਪੂ ਖਾਂਦਾ ਪ੍ਰਸ਼ਾਦ, ਦੇਖੋ ਕਿੰਨੀ ਸੋਹਣੀ ਰੋਟੀ। ਬਾਏ।